ਕਿਉਂਕਿ ਇਕੱਲੀ ਲਕੀਰ ਦੀ ਫਰਕ ਹੈ, ਬਾਕੀ ਤਾਂ ਸਾਰਾ ਕੁਝ ਉਦਾਂ ਹੀ ਹੈ, ਸਾਰਾ ਕੁਝ ਜਿੱਦਾਂ ਇੱਧਰ ਹੈ ਉਵੇਂ ਉੱਧਰ ਹੈ, ਮੌਸਮ ਵੀ ਮੀਂਹ ਸਾਡੇ ਵੀ ਪੈ ਰਿਹਾ। 440 ਸਾਂਝਾ ਪੰਜਾਬ, ਹਾਂ, ਦੋਨੇ ਮੁਲਕਾਂ ਦੀ ਸਾਂਝ ਨੂੰ ਜੋੜਦੀ, ਦੋਨੇ ਮੁਲਕਾਂ ਦੀ ਮੁਹੱਬਤ ਨੂੰ ਜੋੜਦੀ ਤੜਫ ਹੈ, ਇੱਕ ਦੂਜੇ ਨੂੰ ਮਿਲਣ ਦੀ ਤੜਫ ਹੈ, ਉਹ ਪੂਰੀ ਹੋ ਰਹੀ ਹੈ, ਹੁਣ ਮਿਲ ਰਿਹਾ। ਅੱਜ ਅਸੀਂ ਮੌਜੂਦ ਹਾਂ ਰਹਿਮੇ, ਜਿੱਥੇ ਕਿ ਪੰਜਾਬੀ ਕਲਚਰ ਨੂੰ ਸਪੋਰਟ ਕਰਨ ਵਾਲੇ ਅੰਜਮ ਸਰੋਇਆ ਸਾਹਿਬ, ਉਹਨਾਂ ਦਾ ਡੇਰਾ। ਵੀਰੋ, ਅੱਜ ਅਸੀਂ ਇੱਥੇ ਮੁਲਾਕਾਤ ਕਰਾਂਗੇ ਅੰਜਮ ਸਰੋਇਆ ਦੇ ਨਾਲ, ਪੰਜਾਬੀ ਲਹਿਰ ਵਾਲੇ ਨਾਸਰ ਢਿੱਲੋਂ ਸਾਹਿਬ ਦੇ ਨਾਲ, ਜੇਬੀ ਹੰਜਰਾਤ ਤੇ ਰਣਾ ਜੱਬਾਰ ਦੇ ਨਾਲ, ਇੰਡੀਆ ਤੋਂ ਆਏ ਪੰਜਾਬੀ ਫਿਲਮ ਬਣਾਉਣ ਵਾਸਤੇ ਮਸ਼ਹੂਰ ਮਰੂਫ ਫਿਲਮ ਸਟਾਰ ਗੁਰਚੇਤ ਚਤਰਕਾਰ ਦੇ ਨਾਲ, ਜਿਹੜੇ ਕਿ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਬਣਾ ਚੁੱਕੇ ਨੇ, ਜਿਹਦੇ ਅੰਦਰ ਫੈਮਿਲੀ 420, ਫੈਮਿਲੀ 423, ਫੈਮਿਲੀ 422, ਹੋਰ ਮਿੱਤਰਾਂ ਦੀ ਚੱਕ ਦੇ ਫੱਟੇ ਤੇ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ। ਇਸ ਵੇਲੇ ਉਹ ਫੈਮਿਲੀ 440 ਸਾਂਝਾ ਪੰਜਾਬ ਦੀ ਫਿਲਮ ਇੱਥੇ ਪਾਕਿਸਤਾਨ ਵਿੱਚ ਬਣਾ ਰਹੇ ਨੇ। ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਮਿਲਾ ਕੇ ਇਸ ਫਿਲਮ ਨੂੰ ਬਣਾਇਆ ਜਾ ਰਿਹਾ। ਇਸ ਫਿਲਮ ਦੇ ਅੰਦਰ ਪਾਕਿਸਤਾਨੀ ਅਦਾਕਾਰ ਤੇ ਇੰਡੀਅਨ ਅਦਾਕਾਰ ਕੰਮ ਕਰ ਰਹੇ ਨੇ। ਅਸੀਂ ਅੱਜ ਗੱਲਬਾਤ ਕਰਾਂਗੇ ਗੁਰਜੀਤ ਚਤਰਕਾਰ ਹੋਰਾਂ ਦੇ ਨਾਲ, ਪਾਕਿਸਤਾਨ ਵਿੱਚ ਫਿਲਮ ਬਣਾ ਕੇ ਉਹਨਾਂ ਨੂੰ ਕਿੱਦਾਂ ਲੱਗਿਆ। ਵੀਡੀਓ ਚੰਗੀ ਲੱਗੇ ਤੇ ਸਾਰੇ ਵੀਰ ਸ਼ੇਅਰ, ਲਾਈਕ, ਕਮੈਂਟ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿਆ ਜੀ। ਤੇ ਆਓ ਹੁਣ ਗੱਲਬਾਤ ਕਰਨੇ ਆ ਗੁਰਜੀਤ ਚਤਰਕਾਰ ਹੋਰਾਂ ਦੇ ਨਾਲ। ਜੀ ਅਸਲਾਮ ਵਾਲੇਕੁਮ ਦੋਸਤੋ, ਤੇ ਅੱਜ ਅਸੀਂ ਮੌਜੂਦ ਹਾਂ ਜੀ ਅੰਜਮ ਸਰੋਇਆ ਸਾਹਿਬ, ਉਹਨਾਂ ਦੇ ਡੇਰੇ ਤੇ, ਜਿਹੜੇ ਬਹੁਤ ਹੀ ਮਸ਼ਹੂਰ ਯੂਟਿਊਬਰ ਨੇ, ਤੇ ਉਹਨਾਂ ਦੇ ਡੇਰੇ ਤੇ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ, ਤੇ ਮੇਰੇ ਨਾਲ ਮੌਜੂਦ ਨੇ ਜੀ ਕਿਸੇ ਵੀ ਤਾਰਫ ਦੇ ਮਹਤਾਜ ਨੇ, ਇੰਡੀਆ ਤੋਂ ਸ਼ਰੀਫ ਲੈ ਕੇ ਆਏ ਨੇ ਗੁਰਜੀਤ ਚਤਰਕਾਰ ਸਾਹਿਬ। ਗੁਰਚੇਤ ਜੀ, ਠੀਕ ਹੋ ਗਿਆ ਜੀ। ਤੇ ਉਹਨਾਂ ਨਾਲ ਗੱਲਬਾਤ ਕਰਨੇ ਤੇ ਪੁੱਛਣੇ ਕਿ ਕਿੱਦਾਂ ਉਹਨਾਂ ਨੂੰ ਲੱਗਿਆ ਪਾਕਿਸਤਾਨ ਆ ਕੇ ਜੀ। ਅਸਲਾਮ ਵਾਲੇਕੁਮ। ਵਾਲੇਕਮ ਸਲਾਮ, ਜਿੰਨੇ ਵੀ ਪੰਜਾਬੀ ਸੁਣ ਰਹੇ ਨੇ, ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਲਾਮ ਕਬੂਲ ਕਰੋ ਜੀ। ਬਹੁਤ ਵਧੀਆ ਲੱਗਿਆ ਜੀ, ਐਂ ਲੱਗ ਰਿਹਾ ਵੀ ਆਪਣਾ ਹੀ ਘਰ ਹੋਵੇ। ਹਾਂ, ਇੱਦਾਂ ਲੱਗ ਹੀ ਨਹੀਂ ਰਿਹਾ, ਕਿਉਂਕਿ ਇਕੱਲੀ ਲਕੀਰ ਦੀ ਫਰਕ ਹੈ, ਬਾਕੀ ਤਾਂ ਸਾਰਾ ਕੁਝ ਉੱਦਾਂ ਹੀ ਹੈ, ਸਾਰਾ ਕੁਝ ਜਿੱਦਾਂ ਇੱਧਰ ਹੈ ਉਵੇਂ ਉੱਧਰ ਹੈ, ਮੌਸਮ ਵੀ ਮੀਂਹ ਸਾਡੇ ਵੀ ਪੈ ਰਿਹਾ, ਅੱਜ ਤੁਹਾਡੇ ਵੀ ਪੈ ਰਿਹਾ, ਇੱਕੋ ਹੀ ਚੀਜ਼ ਹੈ ਸਾਰਾ ਕੁਝ। ਤੇ ਕਿਹੜੀ ਫਿਲਮ ਸ਼ੂਟ ਹੋ ਰਹੀ ਜਿੱਥੇ? ਇਹ ਫਿਲਮ ਸਾਂਝਾ ਪੰਜਾਬ, ਸਾਂਝਾ ਪੰਜਾਬ ਜੀ, ਜਿਸ ਤਰ੍ਹਾਂ ਸਾਡੀਆਂ ਫੈਮਿਲੀ ਆਈਆਂ ਨੇ, ਫੈਮਿਲੀ 420, 21, 22, 23, 24, ਜਾਣੀ ਕਿ ਅਸੀਂ ਹੁਣ 39 ਤੱਕ ਪਹੁੰਚ ਗਏ ਹਾਂ। ਇਹ ਫੈਮਿਲੀ 440 ਸਾਂਝਾ ਪੰਜਾਬ, ਹਾਂ, ਦੋਨੇ ਮੁਲਕਾਂ ਦੀ ਸਾਂਝ ਨੂੰ ਜੋੜਦੀ, ਦੋਨੇ ਮੁਲਕਾਂ ਦੀ ਮੁਹੱਬਤ ਨੂੰ ਜੋੜਦੀ ਇਹ ਫਿਲਮ ਹੈ, ਕਿਉਂਕਿ ਕਲਾਕਾਰ ਦਾ ਕੰਮ ਹੁੰਦਾ ਜੋੜਨਾ, ਅਤੇ ਤੋੜ ਤਾਂ ਸਾਨੂੰ ਨਫ਼ਰਤਾਂ ਤਾਂ ਫੈਲਾ ਰਹੇ ਨੇ ਸਾਡੀਆਂ ਸਰਕਾਰਾਂ, ਸਾਡੇ ਲੀਡਰ ਫੈਲਾ ਰਹੇ ਨੇ, ਪਰ ਜਿਹੜੀ ਆਵਾਮ ਹੈ ਸਾਰੀ ਇੱਕ ਦੂਜੇ ਨੂੰ ਚਾਹੁੰਦੇ ਆ, ਅਸੀਂ ਤੁਹਾਨੂੰ ਚਾਹੁੰਦੇ ਹਾਂ, ਤੁਸੀਂ ਸਾਨੂੰ ਚਾਹੁੰਦੇ ਹੋ, ਪਰ ਜਿਹੜੀ ਤੜਫ ਹੈ ਇੱਕ ਦੂਜੇ ਨੂੰ ਮਿਲਣ ਦੀ ਤੜਫ ਹੈ, ਉਹ ਪੂਰੀ ਹੋ ਰਹੀ ਹੈ, ਹੁਣ ਮਿਲ ਰਿਹਾ। ਤੇ ਜਿਹੜੇ ਇੱਥੋਂ ਦੇ ਰਹਿਸ਼ੀ ਨੇ ਤੁਹਾਨੂੰ ਮਿਲਣ ਵਾਸਤੇ ਆਉਂਦੇ ਨੇ, ਅਰਜੁਨ ਸਰੋਇਆ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਬਹੁਤ ਜਿਸ ਤਰ੍ਹਾਂ ਕਹਿੰਦੇ ਫਰਿਸ਼ਤੇ ਬੰਦੇ ਨੇ ਜੀ, ਨਾਸਰ ਢਿੱਲੋਂ ਭਾਅ ਜੀ, ਅੰਜਮਨ ਭਾਅ ਜੀ ਅਤੇ ਜੇਜੀ ਹੰਜਰਾ ਜੀ, ਜਿੰਨੇ ਵੀ ਸਾਰੇ ਇਹ ਸੋਸ਼ਲ ਮੀਡੀਆ ਦੇ ਉੱਪਰ ਸਰਗਰਮ ਨੇਗੇ, ਇਹ ਸਾਰੇ ਬਹੁਤ ਚੰਗੇ ਲੋਕ ਨੇ, ਇਹਨਾਂ ਨੂੰ ਅਸੀਂ ਮਿਲਣ ਆਏ ਹਾਂ। ਦੇਖੋ ਅਸੀਂ ਕਿੰਨੇ ਕਿੰਨੇ ਜਾਣਿਆਂਗੇ, ਅਤੇ ਸ਼ੂਟ ਦਾ ਸਾਰਾ ਇਹਨਾਂ ਨੇ ਇੰਤਜ਼ਾਮ ਕੀਤਾ, ਅਤੇ ਪਰਮਿਸ਼ਨਾਂ ਵਗੈਰਾ ਸਭ ਕੁਛ ਜੋ ਵੀ ਕੀਤਾ ਇਹਨਾਂ ਨੇ ਕੀਤਾ, ਅਸੀਂ ਤਾਂ ਸਿਰਫ ਇੱਧਰ ਆ ਗਏ। ਇੱਕ ਸਟੋਰੀ ਹੈ, ਇੱਧਰ ਦੇ ਕਲਾਕਾਰ ਵੀ ਕੰਮ ਕਰੇ ਨੇ, ਸਰੋਇਆ ਸਾਹਿਬ ਕੰਮ ਕਰ ਰਹੇ ਨੇ, ਨਾਸਰ ਢਿੱਲੋਂ ਜੀ ਕੰਮ ਕਰ ਰਹੇ ਨੇ, ਹੋਰ ਵੀ ਜਿੰਨੇ ਫਨਕਾਰ ਨੇ, ਪ੍ਰਵੇਸ਼ ਜੱਟ ਇਹਦੇ ਵਿੱਚ ਕੰਮ ਕਰ ਰਿਹਾ, ਅਤੇ ਸ਼ੰਮੀ ਜੱਟ ਉਹ ਵੀ ਕੰਮ ਕਰ ਰਿਹਾ, ਅਤੇ ਅੱਧੀ ਫਿਲਮ ਉੱਧਰ ਹੈ ਸਾਡੀ ਸ਼ੂਟ ਹੋਣੀ, ਅਤੇ ਅੱਧੀ ਇੱਧਰ ਹੋਣੀ ਹੈ, ਅਤੇ ਮੈਂ ਚਾਹੁੰਦਾ ਵੀ ਕਿਉਂਕਿ ਸਾਡੀਆਂ ਫਿਲਮਾਂ ਉੱਧਰ ਦੇਖੀਆਂ, ਇੱਧਰ ਦੇਖੀਆਂ ਜਾਂਦੀਆਂ ਨੇ, ਅਤੇ ਤੁਹਾਡੀਆਂ ਅਸੀਂ ਉੱਧਰ ਵੇਖ ਦਿਆਂਗੇ, ਅਤੇ ਤੁਸੀਂ ਸਾਰੀਆਂ ਸਾਡੀਆਂ ਫਿਲਮਾਂ ਜਿੰਨੀਆਂ ਵੀ ਨੇ ਅਸੀਂ ਦੇਖਿਆ ਵੀ ਜਿੰਨਾ ਸਾਨੂੰ ਉੱਧਰ ਪਿਆਰ ਕਰਦੇ ਨੇ, ਉਦੋਂ ਕਿਤੇ ਦੁੱਗਣਾ ਤਿੱਗਣਾ ਇੱਧਰ ਕਰਦੇ ਆ। ਹਾਂਜੀ ਹਾਂਜੀ। ਅਤੇ ਜੀ ਦੋਸਤੋ, ਅਤੇ ਬਹੁਤ ਵਧੀਆ ਲੱਗਿਆ ਜੀ ਇਹਨਾਂ ਕੋਲ ਪੁੱਛ ਕੇ, ਇਹਨਾਂ ਨੇ ਇੱਥੇ ਆਏ ਨੇ, ਠੀਕ ਹੋ ਗਿਆ,
ਤੇ ਕਹਿੰਦੇ ਕਿ ਬਹੁਤ ਪਿਆਰ ਮਿਲਿਆ ਪਾਕਿਸਤਾਨ ਦੇ ਲੋਕਾਂ ਕੋਲੋਂ, ਤੇ ਬਹੁਤ ਸ਼ੁਕਰੀਆ ਕਿ ਇਹਨਾਂ ਨੇ ਆਪਣਾ ਸ਼ੂਟਿੰਗ ਦੇ ਦੌਰਾਨ ਹੀ ਸਾਨੂੰ ਟਾਈਮ ਦਿੱਤਾ ਜੀ, ਤੇ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।